ਪਿਆਰੇ ਦੋਸਤੋ, ਸਰੀ ਡੈਲਟਾ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੀ ਕੱਲ੍ਹ ਸੰਬੰਧੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਜਿਹੜੀਆਂ 3 ਗ੍ਰਿਫਤਾਰੀਆਂ ਹੋਈਆਂ, ਬਹੁਤ ਵੱਡੀ ਡਿਵੈਲਪਮੈਂਟ ਹੈ। ਪਹਿਲਾਂ ਤਾਂ ਕੈਨੇਡਾ ਦੀ ਪੁਲਿਸ ਤੋਂ ਦਾਦ ਜਿਹੜੀ ਬਣਦੀ ਕਿ ਉਹਨਾਂ ਨੇ ਕਈ ਮਹੀਨੇ ਲਾਉਣ ਤੋਂ ਪਿੱਛੋਂ ਤਕਰੀਬਨ ਸਾਲ ਦੇ ਵਿੱਚ ਨਿੱਜਰ ਦੇ ਹੱਤਿਆ ਦੇ ਵੀ ਸ਼ਾਮਿਲ ਸ਼ੱਕੀ ਵਿਅਕਤੀਆਂ ਦੀ ਪੈੜ ਕੱਢ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। 3 ਹੀ ਨੌਜਵਾਨ ਸਾਡੇ ਭਾਈਚਾਰੇ ਨਾਲ ਸੰਬੰਧਿਤ ਨੇ। ਪਹਿਲੀ ਗੱਲ ਤਾਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹ ਵੀ ਵਿੰਡੀਕੇਟ ਹੋਏ ਨੇ। ਉਹਨਾਂ ਦੇ ਬਾਰੇ ਅਵਤਵਾ ਬੋਲਿਆ ਗਿਆ ਕਿ ਸਬੂਤ ਕਿੱਥੇ ਆ, ਹੁਣ ਸਬੂਤ ਤੁਹਾਡੇ ਸਾਹਮਣੇ ਨੇ, 3 ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ, ਸਬਰ ਰੱਖੋ, ਅਜੇ ਜਾਂਚ ਮੁਕੰਮਲ ਨਹੀਂ ਹੋਈ, ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪੁਲਿਸ ਨੇ ਇਹ ਵੀ ਇਸ਼ਾਰਾ ਕੀਤਾ ਕਿ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਜਾਂਚ ਵੱਖਰੇ ਤੌਰ 'ਤੇ ਚੱਲ ਰਹੀ ਹੈ। ਸੋ ਅਜੇ ਗੱਲ ਹੋਈ ਮੁੱਕੀ ਨਹੀਂ। ਉਮੀਦ ਕਰਦੇ ਹਾਂ ਕਿ ਟ੍ਰਾਇਲ ਸ਼ੁਰੂ ਹੋਊਗਾ, ਸੱਚਾਈ ਸਾਹਮਣੇ ਆਊਗੀ, ਜਿਹੜੇ ਇਹ 3 ਲੋਕ ਜਿਹੜੇ ਗ੍ਰਿਫਤਾਰ ਹੋਏ ਨੇ, ਇਹਨਾਂ ਦੇ ਪਿੱਛੇ ਕੌਣ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਜਾਂ ਕੰਮ ਕਰਵਾਇਆ, ਕਿਉਂਕਿ ਦੱਸਿਆ ਇਹ ਜਾ ਰਿਹਾ ਕਿ ਹਿੱਟ ਸਕੁਆਡ ਨਾਲ ਜੁੜੇ ਹੋਏ ਲੋਕ ਨੇ, ਜਾਂ ਕਿਸ ਤਰੀਕੇ ਨਾਲ ਭਾਰਤ ਇੱਥੇ ਆਏ, ਕਿਸ ਮਨਸੂਬੇ ਦੇ ਨਾਲ। ਇਹ ਸਾਰਾ ਕੁਝ ਹੌਲੀ ਹੌਲੀ ਨੰਗਾ ਹੋਣਾ ਅਜੇ ਬਾਕੀ ਹੈ। ਉਮੀਦ ਕਰਦੇ ਹਾਂ ਸਾਰਾ ਕੁਝ ਨੰਗਾ ਹੋਊਗਾ, ਲੋਕਾਂ ਦੇ ਸਾਹਮਣੇ ਸੱਚ ਆਊਗਾ। ਇਹ ਨਾ ਸੋਚੋ ਕਿ 3 ਪੰਜਾਬੀ ਨੌਜਵਾਨ ਨੇ, ਇਹ ਸੋਚੋ ਕਿ ਇਹਨਾਂ ਦੇ ਪਿੱਛੇ ਕੌਣ ਲੋਕ ਨੇ। ਦਰਅਸਲ ਜਿਨ੍ਹਾਂ ਲੋਕਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ, ਉਹ ਨੇ ਅਜੀਤ ਡੋਵਲ, ਸਮੰਤ ਗੋਇਲ ਅਤੇ ਵਿਕਰਮ ਯਾਦਵ, ਪਰ ਉਹ ਵੀ ਅਗਾਂਹ ਪਰਛਾਵੇਂ ਨੇ। ਉਹਨਾਂ ਦਾ ਵੱਡਾ ਸਰਗਨਾ ਹੈ ਨਰਿੰਦਰ ਮੋਦੀ, ਜਿਹੜਾ ਉਸ ਦੇਸ਼ ਦਾ ਪ੍ਰਧਾਨ ਮੰਤਰੀ ਆ। ਭਾਰਤ ਦਾ ਪ੍ਰਧਾਨ ਮੰਤਰੀ ਚੋਣਾਂ ਜਿੱਤਣ ਦੀ ਖਾਤਰ ਸ਼ਰੇਆਮ ਸਿਰਜਾਂ ਤੋਂ ਕਹਿ ਰਿਹਾ ਕਿ ਇਹ ਨਵਾਂ ਭਾਰਤ ਹੈ, ਅਸੀਂ ਘਰਾਂ ਵਿੱਚ ਵੜ ਵੜ ਕੇ ਦੁਸ਼ਮਣਾਂ ਨੂੰ ਮਾਰਾਂਗੇ। ਸੋ ਇਹ ਉਹਨਾਂ ਨੇ ਨਿੱਜਰ ਦੀ ਬਾਬਤ ਜਾਂ ਅਜਿਹੇ ਹੋਰ ਲੋਕਾਂ ਦੀ ਬਾਬਤ ਕਿਹਾ। ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਮੈਲਕਮ ਐਕਸ ਅਮਰੀਕਾ ਦਾ ਇੱਕ ਸਿਆਣਾ ਸੱਲਾ ਕਾਰਕੁਨ ਸੀ, ਜਿਹੜਾ ਕਹਿੰਦਾ ਸੀ ਸਾਡੀ ਅਸਲ ਲੜਾਈ ਕਠਪੁਤਲੀ ਬਾਜ਼ਾਂ ਦੇ ਨਾਲ ਹੈ, ਨਾ ਕਿ ਕਠਪੁਤਲੀਆਂ ਦੇ ਨਾਲ। ਜਿਹੜੇ ਫੜ ਹੋਏ ਨੇ ਕਠਪੁਤਲੀਆਂ ਨੇ, ਪਪੇਟਸ ਨੇ, ਪਪੇਟੀਅਰ ਕੌਣ ਨੇ, ਉਹਨਾਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ ਨੇ। ਸੋ ਥੋੜ੍ਹਾ ਸਬਰ ਰੱਖੀਏ, ਔਰ ਜਸਟਿਨ ਟਰੂਡੋ ਨੂੰ ਵਧਾਈ ਦੇਣੀ ਬਣਦੀ ਹੈ ਕਿ ਜਿਹੜੇ ਕੱਲ੍ਹ ਤੱਕ ਉਹਨਾਂ ਦੇ ਨਸ਼ਤਰ ਲਾ ਰਹੇ ਸੀ ਸਬੂਤ ਕਿੱਥੇ ਹੈ, ਅੱਜ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਸਾਡੇ ਕੋਲ ਸਬੂਤ ਸੀਗੇ, ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੇ ਸਤੰਬਰ ਮਹੀਨੇ ਦੌਰਾਨ ਪਾਰਲੀਮੈਂਟ 'ਚ ਖੜ੍ਹ ਕੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਇਸ ਕਤਲ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ। ਅਫਸੋਸ ਦੀ ਗੱਲ, ਮਈ ਦਾ ਮਹੀਨਾ ਸੀ ਪਿਛਲੇ ਸਾਲ, 18 ਮਈ ਨੂੰ ਹਰਦੀਪ ਸਿੰਘ ਨਿੱਜਰ ਨੇ ਮੈਨੂੰ ਇੱਕ ਇੰਟਰਵਿਊ ਦਿੱਤਾ ਸੀਗਾ ਸਪਾਈਸ ਰੇਡੀਓ ਵਾਸਤੇ, ਜਿਸ ਵਿੱਚ ਉਸ ਤੋਂ ਆਪਣੀ ਮੌਤ ਨਜ਼ਰ ਆ ਰਹੀ ਸੀ, ਬਾਵਜੂਦ ਉਸਦੇ ਉਹ ਡੋਲਿਆ ਨਹੀਂ ਆਪਣੇ ਨਿਸ਼ਾਨੇ ਤੋਂ। ਅਖੀਰ 18 ਜੂਨ ਨੂੰ ਉਸਨੂੰ ਕਤਲ ਕਰ ਦਿੱਤਾ ਗਿਆ। ਜੇ ਉਸ ਦੀ ਗੱਲ ਦੇ ਉੱਤੇ ਗੌਰ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਉਹ ਸਾਡੇ ਵਿੱਚ ਅੱਜ ਵੀ ਜਿਉਂਦਾ ਹੁੰਦਾ। ਸੋ ਕਿਤੇ ਨਾ ਕਿਤੇ ਕੁਤਾਹੀ ਹੋਈ ਹੈ। ਉਮੀਦ ਕਰਦੇ ਹਾਂ ਇਸ ਕੁਤਾਹੀ ਤੋਂ ਵੀ ਸਾਡੇ ਨੀਤੀ ਘਾੜੇ, ਸਾਡੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਕੋਈ ਸਬਕ ਲੈਣਗੇ। ਇਹ ਕੁਝ ਬੇਨਤੀਆਂ ਨੇ।